सर रोज सौंधी अपनी सांसारिक यात्रा पूर्ण कर प्रभु चरणों में विलीन हो गए हैं। उनकी आत्मिक शांति हेतु श्रद्धांजलि सभा का आयोजन महालक्ष्मी मंदिर जेल रोड जालंधर में किया गया। इस दौरान पंडित विपिन शर्मा द्वारा श्री गरुड़ पुराण जी के पाठ का भोग डालकर स्वर्गीय सरोज सौंधी की आत्मिक शांति हेतु प्रार्थना की गई। इस मौके पर विधायक रमन अरोड़ा, राजू मदान, प्रदीप खुल्लर, पूर्व पार्षद सुनीता रिंकू व पारिवारिक सदस्यों में वरुण, राधिका गुप्ता, राकेश, शीनू गुप्ता, शिवांश, रुचिका, कमल, मोनिका गोयल, आशीष, ईशा, शिल्पी गुप्ता सहित शहर के धार्मिक, राजनीतिक तथा सामाजिक वर्ग से जुड़े लोगों ने पहुंचकर स्वर्गीय सरोज सौंधी को भावभीनी श्रद्धांजलि भेंट की। ਠੀਕ ਹੈ ਮਾਂ ਜੀ, ਤੁਸੀਂ ਸੇਵਾ ਤਨ ਮਨ ਧਨ ਦੇ ਨਾਲ ਤੁਸੀਂ ਮਾਂ ਦੀ ਸੇਵਾ ਕੀਤੀ, ਲੇਕਿਨ ਜਿੰਨੀ ਕੁ ਸੇਵਾ ਮਾਂ ਨੇ ਕਰਵਾਉਣੀ ਸੀ ਉਹ ਮਾਂ ਦੀ ਸੇਵਾ ਕਰਵਾਈ। ਜਿਸ ਵਕਤ ਸੇਵਾ ਦਾ ਸੰਬੰਧ ਖਤਮ ਹੋਇਆ ਤੇ ਮਾਂ ਨੇ ਅੱਖਾਂ ਜਿਹੜੀਆਂ ਬੰਦ ਕਰ ਲਈਆਂ, ਮੈਂ ਦੋਨੇ ਪੁੱਤਰਾਂ ਨੂੰ, ਦੋਨੇ ਬਹੂਆਂ ਨੂੰ, ਮੋਨਿਕਾ ਤੇ ਨਾਲ ਅਮਨ ਜੀ, ਜਿਸ ਵਕਤ ਮੈਂ ਦੋਨੇ ਬਹੂਆਂ ਨੂੰ ਵੀ ਇਹੀ ਗੱਲ ਕਹਾਂਗਾ ਕਿ ਅੱਜ ਠੀਕ ਹੈ ਪਗੜੀ ਬੱਚੀਆਂ ਦੇ ਸਿਰ ਤੇ ਅਸੀਂ ਬੰਨਦੇ, ਲੇਕਿਨ ਤੁਹਾਡਾ ਵੀ ਇੱਕ ਫਰਜ਼ ਹੈ। ਉਹ ਫਰਜ਼ ਕੀ? ਜਿਸ ਤਰ੍ਹਾਂ ਘਰ ਦੀ ਬੇਟੀਆਂ ਆਇਨਾ ਤੇ ਬੰਦਨਾ, ਗਰੁੜ ਪੁਰਾਣ ਕਹਿੰਦਾ ਹੈ, ਕਹਿੰਦੇ ਘਰ ਦੇ ਵਿੱਚ ਮਾਂ ਬੈਠੀ ਹੋਵੇ ਨਾ, ਉਹ ਬੇਟੀਆਂ ਆਉਂਦੀਆਂ ਦੁੱਖ ਸੁੱਖ ਸਾਂਝਾ ਕਰਕੇ ਚਲੀਆਂ ਜਾਂਦੀਆਂ। ਹੁਣ ਦੁੱਖ ਸੁੱਖ ਸਾਂਝਾ ਕਿਹਦੇ ਨਾਲ ਹੋਵੇ? ਦੁੱਖ ਸੁੱਖ ਸਾਂਝਾ ਹੋਣਾ ਪਰਿਵਾਰ ਦੀ ਬਹੂਆਂ ਦੇ ਨਾਲ। ਬੇਟੀਆਂ ਦਾ ਇੰਨਾ ਕੁ ਮਾਨ ਤੇ ਸਨਮਾਨ ਤੁਸੀਂ ਕਰਨਾ, ਬੇਟੀਆਂ ਜਦੋਂ ਵੀ ਘਰ ਦੇ ਵਿੱਚ ਆਉਣ ਨਾ, ਉਹ ਦੇਖਣ ਕਿ ਇਹ ਨਹੀਂ ਕਿ ਮਾਂ ਨਹੀਂ ਬੈਠੀ, ਜੋ ਮਾਂ ਪਿਆਰ ਦਿੰਦੀ ਸੀ ਉਹ ਅੱਜ ਵੀ ਸਾਨੂੰ, ਸਾਡੇ ਭਾਈ ਤੇ ਪਰਿਵਾਰ ਦੀਆਂ ਭਾਵੀਆਂ